That's your name? Yeah, it's my nickname, Preet. Oh, good. Let me just take it just a minute. Okay. So, dusri line te kaun hai, Sukman? Haan ji, Sukman baji. Haan ji, sir. हाँ जी हाँ जी हाँ जी हाँ जी की सिचुएशन चल रही है प्रीत हाउ आर यू इन इंडिया आई कैन सी तो आधे जरे पर्दे आ रहे हैं बैकग्राउंड लग रहा है इंडिया दे पर्दे लग रहे पता लग रहे हैं हाँ जी इंडिया चा मैरिज से आई सी मेरी सिस्टर इन लॉ दी मैरिज से की अच्छा 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 ते कदों तक आना है वापस या किस तरह हो रहा है सिचुएशन हाँ जी मैं 24 फेब्रुअरी नू वापस आना वा अच्छा 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 ते टाइम स्पेंड कर रहे हो अपने अपने हस्बैंड दे नाल कोई और डॉक्यूमेंट्स वगैरह इकट्ठे करने लिए या समथिंग किस तरह कर रहे हो हां जी हां जी जिथे जा रहे पिक्चर्स वगैरह क्लिक हो रही है पाजी ने कहा सीगा कि तुसी पिक्चर्स वगैरह क्लिक करी जाओ अच्छा 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 आ देख रहे हो स्क्रीन ते कुछ नजर आ रहा है जेरे तुहाडे जेरे पुराने एप्लीकेशन जेरे मेरे ख्याल है अगस्त विच हुई सी यस You can see some problems here, jere 205C2, circumstances, time spent karna, few photographs, phir husband di jo farming occupation de bare, money transactions wara sara sab kuch. Haan ji, haan ji. You see that? Yeah. Achha, so na ki hai vichar unna da husband da ki kis tarah kar rahe hain aajkal what job is he under right now does he do He's any doing job same farming yeah I was thinking maybe we can improve this application agar je koi hor koi job kar rahe hain te apan us job da letter la ke add kar diye ya farming di koi hor koi income koi add ho rahi hai te income nu boost up karke apan thoda ja ਇਸ ਤੋਂ ਪਹਿਲਾਂ ਕੋਈ ਵੀਜ਼ਾ ਆਫੀਸਰ ਡਿਸੀਜਨ ਲੈ ਲੈ ਵੀ ਕੈਨ ਐਡ them up ਸੋ ਸ਼ੋ ਦੈਟ ਵੀ ਹੈਵ ਮੋਰ ਕੰਕਰੀਟ ਪ੍ਰੂਫ ਆਈ ਡੋਨਟ ਥਿੰਕ ਸੋ ਸਰ ਫਾਰਮਿੰਗ ਹੀ ਕਰ ਰਹੇ ਨੇ ਅੱਛਾ ਯੂ ਡੋਨਟ ਥਿੰਕ ਸੋ ਅੱਛਾ ਅੱਛਾ ਨਹੀਂ ਮੈਂ ਠੀਕ ਹੈ ਚਲੋ ਕੋਈ ਗੱਲ ਨਹੀਂ ਫਾਰਮਿੰਗ ਕਰ ਜਾ ਦੋ ਓਕੇ ਮੈਮ ਕਿੰਨੀ ਵਾਰ ਰਿਫਿਊਜ਼ ਹੋਈ ਸੀ ਉਹ 5 ਟਾਈਮਸ 2 ਟਾਈਮਸ ਵਿਜ਼ਟਰ ਵੀਜ਼ਾ ਐਂਡ 3 ਟਾਈਮਸ ਵਰਕ ਪਰਮਿਟ ਫਸਟ ਟਾਈਮ ਉਹਨਾਂ ਨੇ ਇੰਟਰਵਿਊ ਚੋਂ ਵੀ ਉਹ ਰਿਫਿਊਜ਼ ਹੋਈ ਸੀ ਸ਼ਾਇਦ ਯਾ ਇੰਟਰਵਿਊ ਚ ਉਹਨਾਂ ਨੇ ਫਸਟ ਟਾਈਮ ਇੰਟਰਵਿਊਜ਼ ਦਾ ਦੱਸਿਆ ਨਹੀਂ ਸੀ ਜਿਹੜੇ ਕੰਸਲਟੈਂਟ ਤੋਂ ਕੀਤਾ ਸੀਗਾ ਉਹਨਾਂ ਨੇ ਮਤਲਬ ਈਮੇਲ ਨਹੀਂ ਉਹ ਕਹਿੰਦੇ ਕਿ ਸਾਨੂੰ ਈਮੇਲ ਨਹੀਂ ਆਈ ਹੈਗੀ ਈਮੇਲ ਚੈੱਕ ਨਹੀਂ ਕੀਤੀ ਹੈਗੀ ਲਾਈਕ ਉਹਨਾਂ ਦੇ ਅਸੀਂ ਅਕਾਊਂਟ ਉਹਨਾਂ ਨੇ ਓਪਨ ਨਹੀਂ ਕੀਤਾ ਉਹਨਾਂ ਨੇ ਸਪੈਸਿਫਿਕ ਈਮੇਲ ਆਈ ਨਹੀਂ ਸੀ ਤੇ ਸੈਕਿੰਡ ਟਾਈਮ ਇਹਨਾਂ ਦਾ ਉਹ ਲੇਡੀ ਜਿਹੜੀ ਕਹਿੰਦੇ ਆ ਕਿ ਉਹਨੇ ਕੀਤਾ ਸੀ ਉਹ ਕਹ ਉਹਨਾਂ ਨੇ ਮੇਰਾ ਜੌਬ ਲੈਟਰ ਮੰਗ ਲਿਆ ਸੀਗਾ ਤੇ ਜੌਬ ਲੈਟਰ ਇਹਨਾਂ ਕੋ ਹੈ ਨਹੀਂ ਗਿਆ ਸੀਗਾ ਕਿਉਂਕਿ ਕੰਸਲਟੈਂਟ ਨੇ ਸਾਨੂੰ ਕਿਹਾ ਕਿ ਉਹੀ ਡਾਕੂਮੈਂਟ ਚਾਹੀਦੇ ਤੁਸੀਂ ਆਪਣੀ ਮੈਰਿਜ ਦੇ ਲੈ ਜਾਓ ਜਾਂ ਇਹ ਲੈ ਜਾਓ ਦੈਟਸ ਇਟ ਉਹ ਮੇਰੇ ਖਿਆਲ ਕਾਫੀ ਕੰਸਰਨ ਸੀ ਤੁਹਾਡੇ ਹਨ ਮੈਂ ਕਹਿ ਆਪਣੇ ਤੁਸੀਂ ਤੇ ਸੋਚ ਰਹੇ ਸੀ ਕਿ ਸ਼ਾਇਦ ਤੁਹਾਡਾ ਉੱਥੇ ਇੰਡੀਆ ਹੁੰਦੇ ਹੀ ਹਸਬੰਡ ਦਾ ਵੀਜ਼ਾ ਆ ਜਾਏ ਤੇ ਉਹ ਤੁਹਾਡੇ ਨਾਲ ਹੀ ਆਉਣ ਇੱਥੇ ਯਾ ਆਮ ਥਿੰਕਿੰਗ ਆਪਣੀ ਇਹਨਾਂ ਦੀ ਫਲਾਈਟ ਕਦੋਂ ਹੈ ਕਦੋਂ ਦੀ ਫਲਾਈਟ ਹੈ ਵਾਪਸੀ 24 ਫੈਬ ਤੇ ਕਿਹੜੇ ਸੈਕਟਰ ਤੋਂ ਵਾਪਸ ਆਓਗੇ ਲਾਈਕ ਨਹੀਂ ਮਤਲਬ ਟਿਕਟ ਕਿਹੜੇ ਆਪਣੇ 에ਅਰਲਾਈਨ ਦੀ ਟਿਕਟ ਹੈ ਵਾਪਸੀ ਦੀ ਮੇਰੀ 에ਅਰ ਕੈਨੇਡਾ ਅੱਛਾ ਅੱਛਾ ਚਲੋ ਮੈਂ ਕਿਹਾ ਵੀ ਕਦੇ ਚਾਇਨਾ ਚੂਨਾ ਤੇ ਨਹੀਂ ਆ ਰਿਹਾ ਉੱਥੇ ਆਪਣਾ ਹੈ ਜਿਹੜੀ ਬਿਮਾਰੀ ਦੀ ਨਹੀਂ 에ਅਰ ਕੈਨੇਡਾ ਉਹ ਕੋਰੋਨਾ ਵਾਇਰਸ ਆਈ ਥਿੰਕ ਸੋ ਲੋਕੀ ਸੁਚੇਤ ਨੇ ਕੁਝ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਕੁਝ ਬਿਮਾਰੀ ਇਸ ਤਰ੍ਹਾਂ ਦੀ ਚੱਲ ਰਹੀ ਆ ਰਹੀ ਹੈ ਇੱਥੇ ਥੋੜੇ ਲੋਕਾਂ ਨੂੰ ਪਤਾ ਲੱਗ ਰਿਹਾ ਬਟ ਜ਼ਿਆਦਾ ਨਹੀਂ ਪਤਾ ਲੱਗ ਰਿਹਾ ਜਸਟ ਮਤਲਬ ਫਿਊ ਲੋਕੀ ਇਹਦੇ ਨਾਲ ਅਵੇਅਰ ਆ ਆਈ ਡੋਨਟ ਥਿੰਕ ਸੋ ਕਿ ਲੋਕਾਂ ਨੂੰ ਪਤਾ ਵਾ ਅੱਛਾ ਐਂਡ ਆਈ ਗੈਸ ਦੇ ਡੋਨਟ ਇਵਨ ਕੇਅਰ ਯਾ ਸਰ ਇਹਨਾਂ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗਾ ਇਹ ਆਪਣੇ ਆਪਾਂ ਨੂੰ ਇਹ ਆਏ ਸੀ ਆਪਣੇ ਨਾਲ ਮੇਰੇ ਖਿਆਲ ਸਪਟੰਬਰ ਚ ਇਹ ਇਹਨਾਂ ਨੇ ਆਪਣੇ ਕੋ ਅਪਲਾਈ ਕਰਨ ਲਈ ਆਏ ਸੀ ਤੇ ਆਪਾਂ ਇਹਨਾਂ ਦਾ ਅਪਲਾਈ ਆ ਕੇ ਕੀਤਾ ਜਨਵਰੀ 13 ਅੱਛਾ 13 ਜਨਵਰੀ ਨੂੰ ਅਪਲਾਈ ਕੀਤਾ ਇਹਨਾਂ ਨੇ 4.5 ਮਹੀਨੇ ਵੇਟ ਕੀਤੀ ਜਿਵੇਂ ਜਿਵੇਂ ਇਹਨਾਂ ਨੂੰ ਕਹਿੰਦੇ ਸੀ ਕਰਦੇ ਗਏ ਕਿਹੜੇ ਵਜ੍ਹਾ ਕਰਕੇ ਅਸੀਂ ਵੇਟ ਕਰਦੇ ਰਹੇ ਵਾਟ ਵਾਸ ਦ ਫੈਕਟਰਸ ਕਿ ਵੀ ਕਿਸ ਚੀਜ਼ ਨੂੰ ਆਪਾਂ ਰੁਕੇ ਸੀ ਮਤਲਬ ਕੀ ਅਸੀਂ ਸਰ ਜਿਹੜੇ ਇਹਨਾਂ ਦੀ ਪਿਛਲੇ ਆਪਾਂ ਕੈਪਸ ਨੋਟ ਵੇਖੇ ਸੀ ਨਾ ਉਹਨਾਂ 'ਚ ਜੋ ਜੋ ਕੰਸਰਨ ਸੀ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਟਾਈਮ ਚਾਹੀਦਾ ਸੀ
ਇੱਕ ਤਾਂ ਇਹਨਾਂ ਦਾ ਪੇ ਸਕੇਲ ਦੀ ਪ੍ਰੋਬਲਮ, ਸੈਲਰੀ ਇਹਨਾਂ ਦੀ ਸੀ $14.50 ਇਨ ਸਬਵੇ, ਹਾਂਜੀ ਸਬਵੇ ਤੇ ਸੁਪਰਵਾਈਜ਼ਰ ਦੀ। ਸੋ ਉਹ ਜੇ ਆਪਾਂ ਜਿਹੜਾ ਇਹਨਾਂ ਦੇ ਕੋਲ ਜੇ ਇਹਨਾਂ ਕੋਲ ਸੁਪਰਵਾਈਜ਼ਰ ਲੈਵਲ ਦੀ ਜੋਬ ਸੀ ਤੇ ਉਹਦੇ 'ਚ ਮਿਨੀਮਮ ਦੇ ਤਕਰੀਬਨ ਕਹਿ ਸਕਦੇ ਕਿ ਮਿਨੀਮਮ ਜਿੰਨੀ ਕੁ ਮਿਨੀਮਮ ਉੱਥੇ ਹੈਗੀ ਆ 13.85 ਬੀਸੀ ਦੀ ਬ੍ਰਿਟਿਸ਼ ਕੋਲੰਬੀਆ ਦੀ। ਸੋ ਉੱਥੇ ਵੀਜ਼ਾ ਆਫੀਸਰ ਇਹ ਵੀ ਕਹਿੰਦਾ ਸੀ ਕਿ ਮਤਲਬ ਤੁਹਾਡੀ ਜਿਹੜੀ ਪੇ ਆ ਉਹ ਤੇ ਨੌਕਸੀ ਲੈਵਲ ਸੈਲਰੀ ਜਿਹੜੀ ਆ ਨੌਕਸੀ ਲੈਵਲ ਦੇ ਬਰਾਬਰ ਦੀ ਆ। ਸੋ ਇਹਨਾਂ ਦੇ ਹਸਬੈਂਡ ਦੇ ਵੀ ਕਾਫੀ ਸੀ, ਜਿਵੇਂ ਉਹਨਾਂ ਦੇ ਫੰਡਸ ਪੁਰਾਣੇ ਨਹੀਂ ਸੀ, ਇਹ ਆਈ ਥਿੰਕ ਇੱਕ ਪਾਸਪੋਰਟ ਤੇ ਵੀ ਨਾਮ ਨਹੀਂ ਸੀ ਉਹਨਾਂ ਦਾ ਸ਼ਾਇਦ ਤੁਹਾਡਾ, ਉਹਨਾਂ ਦਾ ਪਾਸਪੋਰਟ ਤੇ ਨਾਮ ਵੀ ਨਹੀਂ ਸੀਗਾ। ਹਾਂਜੀ ਉੱਥੇ ਟਾਈਮ ਲੱਗ ਗਿਆ। ਫਿਰ ਉਸ ਤੋਂ ਬਾਅਦ ਚ ਦਸੰਬਰ ਦਾ ਉਹ ਮੰਥ ਉਹ ਕਾਲਾ ਮਹੀਨਾ ਜਿਸ ਚ ਸਾਰਿਆਂ ਦੇ ਰਿਫਿਊਜ਼ ਹੋਣੇ ਸਟਾਰਟ ਹੋ ਗਏ। ਸੋ ਉਦੋਂ ਫਿਰ ਆਪਾਂ ਨੂੰ ਰੁਕਣਾ ਪਿਆ। ਚਲੋ ਹੁਣ ਬਾਕੀ ਇਹਨਾਂ ਦੇ ਜਿਹੜੇ ਹਸਬੈਂਡ ਦੇ ਫਾਰਮਿੰਗ ਇਨਕਮ ਦਾ ਕੀ ਪ੍ਰੂਫ ਸੀ ਇਹਨਾਂ ਨੇ ਲਾਇਆ ਕਿ ਉਹ ਸਰ ਫਿਰ ਆਪਾਂ ਵੇਟ ਕੀਤੀ ਕਿਉਂਕਿ ਉਹ ਪੈਡੀ ਦੇ ਸੀਜ਼ਨ ਦੇ ਝੋਨੇ ਦੇ ਸੀਜ਼ਨ ਦੇ ਵਿੱਚ ਫਿਰ ਜਿੰਨੇ ਜੇ ਫਾਰਮ ਸੀ ਇੱਕ ਤੇ ਉੱਥੋਂ ਇਹਨਾਂ ਦੇ ਆੜਤੀ ਕੋਲੋਂ ਜਿੰਨੀਆਂ ਵੀ ਟ੍ਰਾਂਜੈਕਸ਼ਨਸ ਹੋਈਆਂ ਅਮਾਉਂਟ ਆਈ ਜਿਹੜੀ ਇਹਨਾਂ ਨੇ ਆਪਣੀ ਫਸਲ ਵੇਚੀ ਤੇ ਉਹਦੇ ਜੇ ਫਾਰਮ ਨਾਲ ਅਟੈਚ ਹੋਏ ਉਹ ਸਾਰਾ ਕੁਝ ਤੇ ਫੰਡਸ ਵੀ ਪੁਰਾਣੇ ਹੋ ਗਏ ਥੋੜੇ ਜਿਹੇ। ਉਸ ਵਕਤ ਕੀ ਰੀਜ਼ਨ ਪਾਇਆ ਸੀ ਇਹਨਾਂ ਨੇ ਰਿਫਿਊਜ਼ਲ ਦਾ? ਸਰ ਉਸ ਟਾਈਮ ਉਹਨਾਂ ਨੇ ਰਿਫਿਊਜ਼ਲ ਦੇ ਰੀਜ਼ਨਸ ਪਾਏ ਸੀਗੇ ਕਿ ਇਹਨਾਂ ਕੋਲ ਇਨਫ ਫੰਡ ਨਹੀਂ ਹੈਗੇ। ਉਸ ਟਾਈਮ ਅਸੀਂ ਲਾਈਕ 6 lakh ਆਈ ਥਿੰਕ ਸੋ ਸ਼ੋਅ ਕੀਤਾ ਸੀ ਤੇ ਮੇਰੇ ਅਕਾਊਂਟ ਦੇ ਵਿੱਚ ਉਦੋਂ ਵੀ ਆਈ ਥਿੰਕ ਸੋ 22,000 ਦੇ ਕਰੀਬ ਹੈਗੇ ਸੀ ਡਾਲਰਸ ਤੇ ਉਹ ਕਹਿੰਦੇ ਕਿ ਇਹਨਾਂ ਕੋਲ ਇਨਫ ਫੰਡ ਨਹੀਂ ਹੈਗੇ। ਅੱਛਾ 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 ਠੀਕ ਹੈ ਠੀਕ ਹੈ। ਚਲੋ ਹੁਣ ਫੰਡ ਸੇ ਸੁਖਮਨ ਕਿੰਨੇ ਫੰਡਸ ਆਪਾਂ ਇਨਕਰੀਜ਼ ਕਰਾਏ ਉਸ ਟਾਈਮ ਤੋਂ ਲੈ ਕੇ ਜਿਹੜਾ ਹੁਣ ਰੀਸੈਂਟਲੀ ਆਈ ਥਿੰਕ ਯੂ ਫਰਮ 9 ਲੱਖ ਤੋਂ 14 ਲੱਖ? ਨਹੀਂ ਨਹੀਂ ਇਹਨਾਂ ਦੇ ਸਰ 5-6 lakh ਸੀ ਪਹਿਲੇ ਲਾਸਟ ਜਿਹੜੀਆਂ ਫਾਈਲ ਸੀ ਤੇ ਜਦੋਂ ਆਪਣੇ ਕੋਲ ਆਪਾਂ ਕਰਵਾਏ ਸੀ 9,95,000 ਇਹਨਾਂ ਦੇ ਹੋਏ ਸੀ ਲਾਸਟ ਤੇ। ਓਕੇ ਇਹਨਾਂ ਦੇ ਅਕਾਊਂਟ 'ਚ ਵੀ ਮੈਮ ਦੇ ਅਕਾਊਂਟ 'ਚ ਵੀ ਜਿਹੜੇ ਆ ਉਹ 22,000 ਦੇ ਕਰੀਬ ਸੀ ਬਟ ਉਹ ਇਹਨਾਂ ਦੇ ਆਪਣੇ ਸੀ ਜੋ ਇਹਨਾਂ ਨੇ ਸੇਵਿੰਗ ਕੀਤੀ ਸੀ ਉਹ ਕਿਤੇ ਉਹ ਟ੍ਰਾਂਜੈਕਸ਼ਨ ਕਰਕੇ ਇੱਕ ਦੂਸਰੇ ਦੇ ਅਕਾਊਂਟ 'ਚੋਂ ਨਹੀਂ ਸੀ ਲਏ। ਇੱਕ ਚੀਜ਼ ਹੋਰ ਕਲੀਅਰ ਕਰੋ, ਜਿਹੜੇ ਫੰਡਸ ਐਡ ਕਰਵਾਏ ਹੈ ਉਸ ਫੰਡਸ ਦਾ ਜੇ ਫਾਰਮ ਸੋਰਸ ਆਫ ਇਨਕਮ ਦਾ ਕਲੀਅਰਲੀ ਸ਼ੋ ਹੋ ਰਿਹਾ ਸੀ ਉਸ ਵਕਤ? ਹਾਂਜੀ ਹਾਂਜੀ ਜਿਹੜੀ ਆਪਾਂ ਫਾਈਲ ਦੇ ਵਿੱਚ ਹਾਂਜੀ 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 ਉਹ ਸਰ ਜਿੰਨੇ ਜੇ ਫਾਰਮ ਸੀ ਉਨੀ ਅਮਾਉਂਟ ਜਿਹੜੀ ਇਹਨਾਂ ਦੇ ਅਕਾਊਂਟ ਦੇ ਵਿੱਚ ਆਈ ਸੀ ਇਹਨਾਂ ਦੇ ਹਸਬੰਡ ਦੇ ਅਕਾਊਂਟ। ਓਕੇ ਕੋਈ ਤਹਿਸੀਲਦਾਰ ਤੋਂ ਇਨਕਮ ਸਰਟੀਫਿਕੇਟ ਵਗੈਰਾ ਕੁਝ ਹੋਰ ਕੋਈ ਜਮਾਬੰਦੀ ਕੁਝ? ਨਹੀਂ ਸਰ ਜਮਾਬੰਦੀ ਨਹੀਂ ਸੀ ਆਪਾਂ ਲਾਈ ਕਿਉਂਕਿ ਉਹਦਾ ਕੋਈ ਫਾਇਦਾ ਨਹੀਂ ਸੀ ਇਹਨਾਂ ਦੇ ਕੇਸ ਦੇ ਵਿੱਚ। ਓਕੇ ਇਹਨਾਂ ਦੇ ਕੇਸ ਦੇ ਵਿੱਚ ਇੱਕ ITR ਲੱਗੀ ਸੀ ਇਹਨਾਂ ਦੀ ਤੇ ਜੇ ਫਾਰਮਸ ITR ਵੀ ਤਾਂ ਲੱਗੀ ਸੀ ਕਿਉਂਕਿ ਇਹਨਾਂ ਕੋਲ ਹੈਗੀ ਸੀ ITR ਅਦਰਵਾਈਜ਼ ਆਪਾਂ ਜੇ ਫਾਰਮ ਹੀ ਲਾਉਣੇ ਸੀ ਤੇ ਠੀਕ ਹੈ ਇਹੀ ਸਾਰੇ ਡਾਕੂਮੈਂਟਸ ਸੀ। ਸਪਾਊਸ ਜਿਹੜੇ ਕੈਨੇਡਾ ਵਾਲੇ ਜਿਹੜੇ ਸਪਾਂਸਰ ਹੈ ਜਿਸ ਦਾ ਵਾਈਫ ਹੈ ਇਹਨਾਂ ਕੋਲ ਕਿੰਨੇ ਬੈਂਕ ਫੰਡਸ ਹੈ ਅਵੇਲੇਬਲ ਫੰਡਸ ਸੀਗੇ? 22,021 ਆਈ ਥਿੰਕ ਜਾਂ 22 ਦੇ ਕਰੀਬ ਸੀ ਇਹਨਾਂ ਦਾ। ਦੈਟਸ ਅ ਲੋਟ ਆਫ ਮਨੀ ਐਕਚੁਅਲੀ ਔਨ $14 ਐਨ ਆਵਰ। ਨਹੀਂ ਐ ਸਰ ਇਹਨਾਂ ਦੀ ਫਿਰ ਜਿਹੜੀ ਪੇ ਸੀ ਜਦੋਂ ਇਹ ਆਏ ਸੀ ਉਹ ਇਨਕਰੀਮੈਂਟ ਪਿਆ ਸੀ ਉਹ $16 ਹੋ ਗਈ ਸੀ ਪਰ ਆਈ ਨੋ ਆਈ ਕੰਗ੍ਰੈਚੁਲੇਟ ਯੂ ਫॉर ਇਨਕਰੀਮੈਂਟ ਬਟ ਯੂ ਨੋ ਮੇਕਿੰਗ $14-$16 ਐਨ ਆਵਰ ਐਂਡ ending up saving $22,000 that's a big achievement. What are you doing sir? Do jobs karde hai ek job? two jobs. I actually congratulate your working ethic. Tusi inni mehnat karde ho especially main dekhna jehde especially kudiyan jehde itthe student aaye ke work permit lendi hai bahut zyada mehnat kardi hai bandiyan to zyada main dekhna bahut zyada mehnat kardi hai te inna tusi kam karke saving karke inna deposit show kar liya te oh definitely $22,000 ਜਿਹੜੇ ਤੁਹਾਡੇ ਅਕਾਊਂਟ 'ਚ ਉਹ ਬਹੁਤ ਜ਼ਿਆਦਾ ਕੰਪਲੀਮੈਂਟ ਕਰਦਾ ਕਿ ਜਿਹੜੇ ਹਸਬੈਂਡ ਉੱਥੋਂ ਫੰਡ ਸ਼ੋਅ ਕਰ ਰਹੇ ਹੈ। ਕੁਛ ਐਪਲੀਕੇਸ਼ਨ ਸੁਖਮਨ ਨੂੰ ਪਤਾ ਹੈ, ਕੁਛ ਐਪਲੀਕੇਸ਼ਨ ਆਪਾਂ ਇੱਥੋਂ ਜਿਹੜੇ ਲਾਂਚ ਕਰਦੇ ਹਾਂ ਜਿਹੜੇ ਵਾਈਫ ਸਪੋਂਸਰ ਕਰ ਰਹੀ ਹੈ ਉਹਨਾਂ ਕੋਲ ਮਸਾਂ ਮੇਰੇ ਖਿਆਲ $4,000-$5,000 ਤਾਂ ਨਹੀਂ ਹੁੰਦਾ ਜਾ। ਸੋ ਕਿੱਥੇ ਤੁਸੀਂ 5,000 ਦੇ ਕੰਪੇਅਰ ਕਰੋ ਆਪਣੇ ਆਪ ਨੂੰ 22,000 ਯੂ ਹੈਡ ਅ ਵੈਰੀ ਸਟਰੋਂਗ ਫਾਈਨੈਂਸ਼ੀਅਲ ਪੋਜੀਸ਼ਨ। ਮੈਨੂੰ ਲੱਗਦਾ ਨਹੀਂ ਕਿ ਇਸ ਤੋਂ ਜ਼ਿਆਦਾ ਫੰਡਸ ਦੀ ਅਵੇਲੇਬਿਲਟੀ both from the husband side and tode combine karke we are looking at close to 20,000 about 40-45,000 in total for two people, correct? Yeah, tode marriage ma'am mere khayal 2017 de vich hoyi si hai na? Nahi 2016 je 6 august ah 2020 aa gaya
ਤੇ ਤੁਸੀਂ ਉਦੋਂ ਹੀ ਆਏ ਸੀ ਕੈਨੇਡਾ 2016 ਯਾਰ ਮੈਂ ਆਫਟਰ 1 ਮੰਥ ਆ ਗਈ ਸੀਗੀ ਤੇ ਫਿਰ ਉਹਦਾ ਤਾਂ ਬੜੇ ਈਜ਼ੀਲੀ ਵੀਜ਼ੇ ਲੱਗਦੇ ਸੀ ਉਦੋਂ ਤੇ ਤੁਹਾਡਾ ਵੀਜ਼ਾ ਲੱਗ ਜਾਣਾ ਚਾਹੀਦਾ ਸੀ ਪਤਾ ਨਹੀਂ ਗਾਈਡੈਂਸ ਜਿੱਦਾਂ ਇਹਨਾਂ ਨੇ ਕੀਤੀ ਸੀ ਇਧਰੋਂ ਉਹਨਾਂ ਨੇ ਵਿਜ਼ਟਰ ਵੀਜ਼ਾ ਕਿਸੇ ਫਰੈਂਡ ਨੇ ਲਗਾਇਆ ਸੀ ਵਿਜ਼ਟਰ ਵੀਜ਼ਾ ਉਹ ਕਹਿੰਦੇ ਕਿ ਤੂੰ ਹੀ ਲਗਾ ਕੇ ਦੇਖ ਲੈ ਵਿਜ਼ਟਰ ਵੀਜ਼ਾ ਉਹਨੇ ਕੰਸਲਟੈਂਟ ਨੇ ਇਧਰੋਂ ਲਗਾਤਾ ਵਿਜ਼ਟਰ ਵੀਜ਼ਾ ਤੇ ਕੁਛ ਨਹੀਂ ਦੱਸਿਆ ਈਵਨ ਉਹਨਾਂ ਕੋਲ ਜਦੋਂ ਰਿਫਿਊਜ਼ਲ ਆ ਗਿਆ ਸੀ ਉਸ ਟਾਈਮ ਵੀ ਮੈਂ ਕਾਲ ਕੀਤੀ ਕਿ ਤੁਸੀਂ ਪਲੀਜ਼ ਦੱਸੋ ਕੁਛ ਅਪਡੇਟ ਆਇਆ ਜਾਂ ਨਹੀਂ ਆਇਆ ਉਹਨਾਂ ਨੇ ਕੁਛ ਨਹੀਂ ਦੱਸਿਆ ਸੀਗਾ ਓ ਯਾ ਯਾ ਔਰ ਉਹ ਐਂਡ ਐਟ ਦ ਐਂਡ ਮੇਰੇ ਫਾਦਰ ਇਨ ਲਾਅ ਉਹਨਾਂ ਦੀ ਮਿਸਟੇਕ ਕੱਢ ਰਹੇ ਸੀ ਕਿ ਇਹਨਾਂ ਨੇ ਸਾਨੂੰ ਪ੍ਰੋਪਰ ਲਿਸਨ ਨਹੀਂ ਕੀਤਾ ਕਿਉਂਕਿ ਉਹਨਾਂ ਦੀ ਕਮਿਊਨੀਕੇਸ਼ਨ ਨਹੀਂ ਹੈਗੀ ਪ੍ਰੋਪਰਲੀ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਐਟਲੀਸਟ ਉਹਨਾਂ ਨਾਲ ਪੰਜਾਬੀ ਚ ਗੱਲ ਕਰੋ ਉਹ ਸਮ ਇੰਗਲਿਸ਼ ਦੇ ਵਰਡ ਯੂਜ਼ ਕਰ ਰਹੇ ਸੀ ਉਹਨਾਂ ਨੂੰ ਕੁਛ ਅੰਡਰਸਟੈਂਡ ਨਹੀਂ ਹੋ ਰਿਹਾ ਸੀ ਬਾਅਦ ਵਿੱਚ ਐਂਡ ਚ ਕਹਿੰਦੇ ਕਿ ਮੈਂ ਤਾਂ ਉਹਨਾਂ ਨੂੰ ਦੱਸਿਆ ਸੀ ਮੈਂ ਤਾਂ ਕਲੀਅਰ ਕੀਤਾ ਸੀ ਸਾਰਾ ਕੁਛ ਵਾਸ ਦੀਸ ਇਮੀਗ੍ਰੇਸ਼ਨ ਲਾਇਰਸ ICCRC ਕੰਸਲਟੈਂਟਸ ਕੌਣ ਸੀ ਲੋ ਆਈ ਡੋਨਟ ਥਿੰਕ ਸੋ ICCR ਦੇ ਕੰਸਲਟੈਂਟ ਨਹੀਂ ਸੀਗੇ ਉਹ ਚਲੋ ਪਾਊਜ਼ ਹੋ ਜਾਣੀ ਮੈਮ ਇੱਕ ਲੈਟਰ ਲਿਖੀ ਆ ਸਰ ਨੇ ਤੇ ਉਹ ਤੁਸੀਂ ਦੇਖ ਲਿਓ ਸ਼ਾਇਦ ਸਬਮਿਟ ਕਰਨੀ ਆ ਸਾਰੇ ਨੂੰ ਤੁਸੀਂ ਬੈਠੋ ਆਰਾਮ ਨਾਲ But I was hoping that you had access to WhatsApp. So, Susi, oh, there are some documents to show you. Actually, Sukhman, to show you documents. See, WhatsApp. Dekho, can you access the WhatsApp right now or no? Dekho, Can you open the document and then take a look? Tadi ho chali gayi photo chali gayi shayad mere khayal. Sir, thank you so much. Photo to aayi nahi rahi hai. Achha. Oh my God. Sir, thank you so much. Oh my God. Mama! Mama! One mama no to sove. Baal da nazara ki ton nahi lagda. Dikhe da vijay lagya. Deepi da visa lagya. ਤੁਸੀਂ ਦੇਖ ਲੋ ਸੁਖਮਨ ਅੱਜ ਆਹ ਜਿਹੜੀ ਇਮੋਸ਼ਨ ਹੈ ਨਾ ਇਹ ਪੈਸੇ ਤੋਂ ਖਰੀਦੀ ਨਹੀਂ ਜਾ ਸਕਦੀ ਮੰਨਦੇ ਹੋ ਕਿ ਨਹੀਂ ਬਿਲਕੁਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਕੁੜੀ ਹੈ ਹੀ ਹੁਸ਼ਿਆਰ ਵੈਸੇ ਬਹੁਤ ਮਿਹਨਤੀ ਹੈ ਤੇ ਹੁਸ਼ਿਆਰ ਵੀ ਹੈ ਇਹਦੇ ਕੋਲ ਬਹੁਤ ਹੀ ਵਧੀਆ ਡਾਕੂਮੈਂਟਸ ਹੈ ਤੇ ਇਹਨਾਂ ਦੀ ਮਿਹਨਤ ਕਰਕੇ ਹੀ ਵੀਜ਼ਾ ਲੱਗੇ ਹੋਏ ਆ ਤੇ ਬੇਟੇ ਨੂੰ ਵੀ ਬੁਲਾ ਲੈਣਾ ਸੀ ਬੇਟਾ ਗਿਆ ਹੋਇਆ ਮੈਂ ਕਿਹਾ ਬਾਜ਼ਾਰ ਗਿਆ ਕਿੱਥੇ ਗਿਆ ਪਤਾ ਹਾਂਜੀ ਬੁਲਾ ਲੈ ਜੀ ਪਹੁੰਚ ਬੁਲਾ ਲੈ ਡੈਡੀ ਜੀ ਦੀਵੇ ਦਾ ਵੀਜ਼ਾ ਲੱਗ ਗਿਆ ਓ ਮਾਈ ਗੋਡ ਮਵਾਰਕਾ ਹੋ ਗਈ ਤੈਨੂੰ ਪੁੱਤ ਤੇ ਫੋਨ ਤੇ ਆ ਦੀਪੇ ਦਾ ਵੀਜ਼ਾ ਲੱਗ ਗਿਆ ਓ ਵਾਓ ਕੰਗ੍ਰੈਚੁਲੇਸ਼ਨ ਥੈਂਕ ਯੂ ਲੱਗੇ ਵੀ ਬਧਾਈਆਂ ਸਭ ਨਾਲ ਹੀ ਚਲੀ ਹੁਣ ਲੈ ਕੇ ਸਰ ਦੈਨ ਥੈਂਕ ਯੂ ਕਰਦਾ ਸਾਨੂੰ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਥੈਂਕ ਯੂ ਇਹ ਮੌਕਾ ਫਾਦਰ ਇਨ ਲਾ ਹਾਂਜੀ 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 ਇਹ ਮੌਕਾ ਹੈ ਤੁਸੀਂ ਹਸਬੈਂਡ ਤੁਹਾਡੇ ਨਾਲ ਹੀ ਜਾਣਗੇ ਉਹਨਾਂ ਦੀ ਟਿਕਟ ਤੁਸੀਂ ਬੁੱਕ ਕਰਾ ਕੇ ਆਪਣੇ ਨਾਲ ਹੀ ਲੈ ਕੇ ਜਾਓਗੇ ਤੇ ਇਹ ਬਹੁਤ ਵੱਡੇ ਵੱਡੇ ਭਾਗ ਹੈ ਵੱਡੇ ਸੰਯੋਗ ਹੈ ਦੋਨਾਂ ਦੇ ਕਾਗਜ਼ ਤੁਹਾਡੇ ਸਾਹਮਣੇ ਆ ਚੁੱਕੇ ਹੈ ਕਾਗਜ਼ ਨੂੰ ਲੈ ਕੇ ਅੱਜ ਮੇਰੇ ਖਿਆਲ ਵਰਕਿੰਗ ਡੇ ਹੈ ਤੁਸੀਂ ਜਾ ਕੇ ਅੱਜ ਹੀ ਪਾਸਪੋਰਟ ਉਹਨਾਂ ਦਾ ਵੀਐਫਐਸ ਜਲੰਧਰ ਕਿੱਥੇ ਜਲੰਧਰ ਹੈ ਸੁਖਮਨ ਵੀਐਫਐਸ ਜਲੰਧਰ ਜਾਣ ਥੈਂਕ ਯੂ ਸੁਖਮਨ ਭਾਜੀ ਤੁਸੀਂ ਆਈ ਡੋਨਟ ਨੋ ਕਿ ਮੈਂ ਤੁਹਾਨੂੰ ਕਿੰਨਾ ਥੈਂਕ ਯੂ ਕਰਾਂ ਮਤਲਬ ਤੁਸੀਂ ਮੇਰੇ ਲਈ ਹੈ ਨਾ
ਮੈਨੂੰ ਸਵੇਰ ਦੀ ਟੈਨਸ਼ਨ ਸੀ ਮੈਂ ਕਿਹਾ ਬਾਜੀ ਕੁਛ ਨਾ ਕੁਛ ਤਾਂ ਹੈਗਾ ਵਾ ਚਲੋ ਕੋਈ ਨਹੀਂ ਵੀਜ਼ਾ ਆ ਗਿਆ ਸਾਰਾ ਕੁਛ ਵਿੱਚ ਥੈਂਕ ਯੂ ਸੁਖਮਨ ਬਾਜੀ ਆਈ ਸਵੇਅਰ ਟੂ ਗੋਡ ਮੈਂ ਸਰੀ ਆ ਕੇ ਪਹਿਲਾਂ ਤੁਹਾਨੂੰ ਮਿਲਣਾ ਥੈਂਕ ਯੂ ਸਰ ਦਾ ਕਹੋ ਜਿਨ੍ਹਾਂ ਨੇ ਤੁਹਾਡੀ ਫਾਈਲ ਸਬਮਿਟ ਕੀਤੀ ਤੇ ਤੁਹਾਡਾ ਵੀ ਜਿਨ੍ਹਾਂ ਨੇ 4 ਮਹੀਨੇ 4.5 ਮਹੀਨੇ ਵੇਟ ਕੀਤੀ ਜਿਵੇਂ ਜਿਵੇਂ ਅਸੀਂ ਕਿਹਾ ਥੈਂਕ ਯੂ ਸਰ ਥੈਂਕ ਯੂ ਸੋ ਮਚ ਯੂ ਆਰ ਲਾਈਕ ਅ ਗੋਡ ਫॉर ਮੀ ਸਰ ਜੀ ਇਹ ਜਿਹੜੀ ਇਹ ਜਿਹੜੇ ਐਕਸਪ੍ਰੈਸ਼ਨ ਹੈ ਨਾ ਇਹ ਪੈਸੇ ਤੋਂ ਮੁੱਲ ਖਰੀਦੇ ਨਹੀਂ ਜਾ ਸਕਦੇ ਇਹ ਜਿਹੜਾ ਇਮੋਸ਼ਨ ਜਿਹੜਾ ਫੀਲਿੰਗ ਹੈ ਜਿਹੜੀ ਐਕਸਾਈਟਮੈਂਟ ਯੂ ਨੋ ਮੈਂ ਕਈ ਵਾਰ ਦੇਖਦਾ ਦੂਸਰੇ ਇਮੀਗ੍ਰੇਸ਼ਨ ਕੰਸਲਟੈਂਟ ਵਾਲਾ ਕਈ ਵਾਰ ਉਹ ਸ਼ੋਅ ਕਰਦੇ ਹੁੰਦੇ ਕਿ ਵੀ ਆਹ ਦੇਖੋ ਫਲਾਣੇ ਦਾ ਵੀਜ਼ਾ ਲਗਾ ਤੁਸੀਂ ਮੇਰੇ ਕੋਲ ਆਓ ਫਲਾਣੇ ਕੋਲ ਆਓ ਲੇਕਿਨ ਆਹ ਜਿਹੜਾ ਇੱਕ ਇਮੋਸ਼ਨ ਹੈ ਨਾ ਜਿਹੜਾ ਇੱਕ ਇੱਕ ਜਿਹੜੇ ਤੁਹਾਡੇ ਦਿਲੋਂ ਭਾਵ ਨਿਕਲ ਕੇ ਆ ਰਿਹਾ ਨਾ ਇਹ ਚੀਜ਼ ਬਹੁਤ ਹੀ ਇੱਕ ਮਮਾ ਸਾਡੋ ਇਨਵੈਲਿਊਬਲ ਹੈ ਇਹਦਾ ਇਹਦੇ ਕੋਈ ਇਹਦੀ ਬੇਸ਼ਕੀਮਤੀ ਹੈ ਬਹੁਤ ਹੀ ਚਲੋ ਭਾਈਆਂ ਤੁਹਾਨੂੰ ਵੀ ਤੇ ਹਸਬੈਂਡ ਦੇ ਦਰਸ਼ਨ ਤੇ ਕਰਾਓ ਕਿੱਥੇ ਆ ਜਿਹੜਾ ਜਨਰਲ ਵੀਜ਼ਾ ਲੱਗਿਆ ਹਾਂਜੀ ਦੀਪਕ ਕਿੱਥੇ ਆ ਆਣ ਲੱਗੇ ਬਸ ਹੁਣ ਅਗਲੇ ਜਿਹੜੇ 4 ਹਫ਼ਤੇ ਅਗਲੇ ਆਵਾਜ਼ ਦੇਖੋ ਟ੍ਰੈਫਿਕ ਦੀ ਆਵਾਜ਼ ਸਰ ਸੈਲੀਬ੍ਰੇਟ ਕਰ ਰਹੇ ਹੋ ਕਰ ਲੈਣ ਦੋ ਸਰ It changes everything in a moment. ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਪ੍ਰਦੀਪ ਸਿੰਘ ਤੁਸੀਂ ਬਾਹਰ ਝੂਠੇ ਲੈ ਰਹੇ ਹੋ ਗੱਡੀਆਂ ਦੇ ਜਾ ਕੇ ਤੁਹਾਡਾ ਵੀਜ਼ਾ ਲੱਗ ਗਿਆ ਹੈ ਹਾਂਜੀ ਹਾਂਜੀ ਠੀਕ ਹੈ ਸਰ ਓਕੇ ਥੈਂਕ ਯੂ ਬਹੁਤ ਬਹੁਤ ਸਰ ਤੇ ਹਾਂਜੀ ਬਸ ਤਿਆਰੀਆਂ ਕਰੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਸਰ ਹਾਂਜੀ ਇਹਨਾਂ ਨੂੰ ਤੁਸੀਂ ਮਿਲੇ ਹੋ ਸੁਖਮਨ ਨਾਲ ਜਿਹੜੇ ਜੁੜੇ ਹੋਏ ਸਕਰੀਨ ਤੇ ਇਹਨਾਂ ਨੂੰ ਗੱਲਬਾਤ ਤੁਹਾਡੀ ਹੁੰਦੀ ਰਹਿੰਦੀ ਪਰ ਹਮੇਸ਼ਾ ਕਈ ਵਾਰ ਹਾਂਜੀ ਸਰ ਫੋਨ ਹਾਂਜੀ ਹਾਂਜੀ ਸਰ ਮੇਰੀ ਹੁੰਦੀ ਰਹਿੰਦੀ ਸੀ ਭਾਜੀ ਨਾਲ ਗੱਲਬਾਤ ਹਾਂ ਇਹ ਕਾਗਜ਼ ਵਗੈਰਾ ਸਾਰੇ ਇਹੀ ਤਿਆਰ ਕਰਦੇ ਆ ਇਹਨਾਂ ਦੀ ਇੱਕ ਪਾਰਖੀ ਨਜ਼ਰ ਹੈ ਜਿਹੜੀ ਦੇਖ ਲਈ ਕਿ ਕਿੰਨਾ ਬੱਲਾ ਕਿ ਬਣਾਈਆਂ ਪੁੱਤ ਤੈਨੂੰ ਧੰਨਵਾਦ ਬਣਾਈਆਂ ਜੀ ਤੁਹਾਨੂੰ ਬਹੁਤੀਆਂ ਬਹੁਤੀਆਂ ਸਾਰੇ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਧੰਨਵਾਦ ਜ਼ਿੰਦਗੀ ਤਬਦੀਲ ਕਰ ਦਿੰਦਾ ਹੈ ਤੇ ਅੱਗੇ ਜਾ ਕੇ ਹਸਬੈਂਡ ਵਾਈਫ ਨੇ ਇਕੱਠੀ ਇੱਕ ਜ਼ਿੰਦਗੀ ਸ਼ੁਰੂ ਕਰਨੀ ਹੈ ਵੈਨਕੂਵਰ ਆ ਕੇ ਫਿਰ ਆਪਣਾ ਯੂ ਨੋ ਇਟ ਜਸਟ ਚੇਂਜਸ ਦਾ ਹੋਲ ਡਾਇਰੈਕਸ਼ਨ ਮਤਲਬ ਕਿ ਇੰਨੇ ਵੱਡੇ ਜਿਹੜੇ ਇੱਕ ਨਤੀਜਾ ਹੈ ਇਸ ਸਟੈਪ ਦਾ ਇਸ ਪ੍ਰੋਸੈਸ ਦਾ ਇਟ ਇਜ਼ ਅਨਇਮੈਜਿਨੇਬਲ ਕਿ ਯੂ ਨੋ ਕਿ ਸੁਖਮਨ ਤੁਸੀਂ ਕਰ ਕੀ ਰਹੇ ਹੋ ਦੇਖੋ ਕਿਸ ਨੂੰ ਵੀਜ਼ਾ ਦਿਵਾਉਣਾ ਇਟ ਇਜ਼ ਅ ਰੈਵੋਲੂਸ਼ਨਰੀ ਸਟੈਪ ਐਕਚੁਅਲੀ ਕਿਸੇ ਦੀ ਜ਼ਿੰਦਗੀ ਦਾ ਸਰ ਇਟਸ ਟੂ ਹਾਰਡ ਮੈਨੂੰ ਲੱਗਦਾ ਸੀ ਕਿ ਮੈਂ ਨਹੀਂ ਕਰ ਪਾਵਾਂਗੀ ਹੁਣ ਮੇਰੇ ਕੋਲ ਹੋ ਹੀ ਨਹੀਂ ਪਾ ਰਿਹਾ ਸੀ ਮੈਨੂੰ ਕੋਈ ਸੋਲੂਸ਼ਨ ਨਹੀਂ ਲੱਭ ਰਿਹਾ ਸੀ ਮੈਂ ਸੋਲੂਸ਼ਨ ਕੀ ਲੱਭਾਂ ਮਤਲਬ ਮੈਂ ਇੰਨੀ ਜ਼ਿਆਦਾ ਮਤਲਬ ਮੈਂ ਕੁਛ ਨਹੀਂ ਕਰ ਸਕਦੀ ਸੀ ਮੈਨੂੰ ਕੁਛ ਨਹੀਂ ਸਮਝ ਆ ਰਿਹਾ ਸੀ ਮੈਂ ਹੁਣ ਕਿੱਥੇ ਜਾਵਾਂ ਕੀ ਕਰਾਂ ਕੁਛ ਨਾ ਮੈਂ ਥੋੜ੍ਹੀਆਂ ਸਾਰੀਆਂ ਵੀਡੀਓਜ਼ ਦੇਖ ਕੇ ਮੈਂ ਆਪਣੇ ਹਸਬੈਂਡ ਨਾਲ ਸਲਾਹ ਕੀਤੀ ਕਿ ਮੈਂ ਸਰ ਤੋਂ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜਾਵੇ ਹੁਣ ਸਬਰ ਦਾ ਫਲ ਮਿੱਠਾ ਨਿਕਲਿਆ ਆਪਾਂ ਐਕਚੁਅਲੀ ਹਰੇਕ ਕੇਸ ਤੋਂ ਨਾ ਕੁਛ ਆਪਾਂ ਸਿੱਖਦੇ ਹਾਂ ਕਿ ਇਸ ਕੇਸ ਵਿੱਚ ਕੀ ਹੋਇਆ ਉਸ ਕੇਸ ਵਿੱਚ ਕੀ ਹੋਇਆ ਕੰਪੇਅਰ ਕਰਦੇ ਹਾਂ ਕਿ ਇਨਕਮ ਕਿੰਨੀ ਦਿਖਾਈ ਇੱਥੇ ਇਨਕਮ ਕਿੰਨੀ ਦਿਖਾਈ ਪ੍ਰੂਫ ਕਿਹੜੇ ਲਾਏ ਆਪਾਂ ਕਿਸ ਚੀਜ਼ ਨੂੰ ਹਾਈਲਾਈਟ ਕੀਤਾ ਕਿਸ ਚੀਜ਼ ਨੂੰ ਇਗਨੋਰ ਕੀਤਾ ਸੋ ਐਵਰੀ ਕੇਸ ਇਜ਼ ਅ ਲਰਨਿੰਗ ਐਕਸਪੈਰੀਮੈਂਟ ਫੋਰ ਅਸ ਕਿ ਵੀ ਇਸ ਕੇਸ ਤੋਂ ਆਪਾਂ ਕੀ ਕਰਦੇ ਹਾਂ ਕਿਉਂਕਿ
ਵੀਜ਼ਾ ਆਫੀਸਰ ਵੀ ਕਈ ਵਾਰ ਡਿਪੈਂਡ ਕਰਦਾ ਕਿ ਲਾਸਟ ਦਸੰਬਰ ਬਹੁਤ ਕੇਸਿਸ ਦੇ ਵਿੱਚ ਵੀਜ਼ਾ ਨਹੀਂ ਆਏ ਤਾਂ ਆਪਾਂ ਉਹਨਾਂ ਨੂੰ ਦੁਬਾਰਾ ਕਰ ਰਹੇ ਹਾਂ, ਤੀਸਰੀ ਵਾਰ ਕਰ ਰਹੇ ਹਾਂ. ਸੋ ਮਤਲਬ ਕਿ ਉਹਨਾਂ ਦੀ ਚਾਲ ਦੇ ਨਾਲ ਚਾਲ ਮਿਲਾ ਕੇ ਚੱਲ ਰਹੇ ਹਾਂ ਕਿ ਉਹ ਕੀ ਐਕਸਪੈਕਟ ਕਰ ਰਹੇ ਹਾਂ, ਅਸੀਂ ਕੀ ਕਰ ਰਹੇ ਹਾਂ. ਵੀ ਹੈਵ ਟੂ ਕੀਪ ਇੰਪਰੂਵਿੰਗ ਆਰ ਐਕਸਪੈਕਟੇਸ਼ਨਸ ਕਿ ਵੀ ਕਿਸ ਤਰ੍ਹਾਂ ਕਰੀਏ. ਪਰ ਤੁਹਾਡਾ ਮੇਰੇ ਖਿਆਲ ਇਹ ਚਾਰ ਵਾਰ ਰਿਫਿਊਜ਼ ਹੋ ਗਿਆ, ਪੰਜਵੀਂ ਵਾਰ ਲੱਗਿਆ? ਨੋ, 5 ਟਾਈਮਸ ਸਰ. ਓ 5, ਦਿਸ ਇਜ਼ ਅ 6th ਟਾਈਮ. 2 ਟਾਈਮ ਮਿਸਟਰ ਵੀਜ਼ਾ, ਇਟਸ 6th ਟਾਈਮ. ਸੋ 6th ਟਾਈਮ ਜਾ ਕੇ ਲੱਗਿਆ. ਦੇਖੋ ਮੈਂ ਉਹਨਾਂ ਨੂੰ ਇੱਕ ਮੈਸੇਜ ਦਿਆਂਗਾ, ਜਿਹੜੇ ਲੋਕ ਕਈ ਲੋਕ ਮੈਨੂੰ ਫੋਨ ਕਰਦੇ ਆ ਜਿਹਨਾਂ ਜਿਹੜੇ ਇਸ ਤਰ੍ਹਾਂ ਦੇ ਜਿਹਨਾਂ ਦੇ 4-5 ਵਾਰ ਰਿਫਿਊਜ਼ ਹੋ ਗਿਆ, ਤੇ ਉਹ ਫਿਰ ਉਹ ਹਿੰਮਤ ਛੱਡ ਦਿੰਦੇ ਆ ਕਿ ਵੀ ਅਸੀਂ ਕੁਛ ਨਹੀਂ ਕਰ ਸਕਦੇ, ਡੈਥ ਸੈਟ ਵੀ ਆਰ ਡਨ. ਮੇਰੇ ਕੋਲ ਕੇਸ ਇਸ ਵਕਤ ਹੈ, ਆਈ ਨੋ ਸਮ ਕੇਸਿਸ ਜਿਹੜੇ ਮੈਂ ਅਸੀਂ ਵੀ ਅਪਲਾਈ ਕਰ ਚੁੱਕੇ ਹਾਂ, ਮੇਰੇ ਥਰੂ ਵੀ 2 ਵਾਰ ਰਿਫਿਊਜ਼ ਹੋ ਗਿਆ. ਫਿਰ ਆਪਾਂ ਉਹਨਾਂ ਨੂੰ ਕਹਿ ਰਹੇ ਹਾਂ ਵਾਰ ਵਾਰ ਕਿ ਆਹ ਕਰੋ ਜੀ, ਇਹ ਲਿਆਓ ਜੀ, ਬੈਂਕ ਲਿਆਓ, ਫਲਾਣਾ ਲਿਆਓ. ਐਂਡ ਪੀਪਲ ਆਈ ਅੰਡਰਸਟੈਂਡ ਗੈਟ ਫਰਸਟ੍ਰੇਟਿਡ ਐਂਡ ਡਿਪਰੈਸ ਕਿ ਵੀ ਕੰਮ ਨਹੀਂ ਹੋ ਰਿਹਾ, ਬਟ ਵੀ ਹੈਵ ਟੂ ਕੀਪ ਔਨ ਟਰਾਇੰਗ, ਸਾਡਾ ਜਿਹੜਾ ਇੱਕ ਜਿਹੜਾ ਟੀਮ ਵਰਕ ਹੈ ਜਿਹੜਾ ਸੁਖਮਨ ਇੱਥੇ ਕਰਦੇ, ਇੱਕ ਸਾਡੇ ਕੋਲ ਇੱਕ ਹੋਰ ਲੀਗਲ ਅਸਿਸਟੈਂਟ ਹੈ ਹਰਵਿੰਦਰ ਸਿੰਘ, ਜਿਹੜੇ ਲੁਧਿਆਣਾ ਓਪਰੇਟ ਕਰਦੇ ਹੈ. ਸਾਡਾ ਇੱਕ ਇਹ ਹੈ ਕਿ ਅਸੀਂ ਜਦ ਕੇਸ ਲੈ ਲਿਆ ਤੇ ਅਸੀਂ ਉਹਨਾਂ ਨੂੰ ਛੱਡਣਾ ਨਹੀਂ ਜਦ ਤੱਕ ਉਹਨਾਂ ਦਾ ਵੀਜ਼ਾ ਨਹੀਂ ਲੱਗੇ. ਇਟ ਮੇ ਟੇਕ 1 time, 2 time, 3 time, 4 time, 5 times, ਆਈ ਹੋਪ ਨਾਟ ਲੋਂਗ, ਪਰ ਜਿੰਨੀ ਵਾਰ ਅਗਰ ਸਾਨੂੰ ਲੋੜ ਪੈ ਗਈ ਅਸੀਂ ਅਪਲਾਈ ਕਰਦੇ ਰਹਾਂਗੇ ਜਦ ਤੱਕ ਸਕਸੈਸ ਨਹੀਂ ਮਿਲਦੀ. We don't charge extra, we don't do anything. Thank you, sir, so much. Like after 5 times refusal, I think so it's done. ਨਹੀਂ, ਸਾਡੇ ਕੋਲ ਸੁਖਮਨ ਨੂੰ ਪੁੱਛੋ, ਸਾਡੇ ਕੋਲ ਇਸ ਤਰ੍ਹਾਂ ਦੀ ਵੀ ਕੇਸ ਹੈ ਜਿਹੜੇ 6 ਟਾਈਮਸ, ਜਿਹੜੇ ਯਾਦ ਹੈ ਉਹ ਜਿਹੜੇ ਜਿਹੜੇ ਸਰੀ ਵਾਲੇ ਆਪਣੇ ਸੁਖਮਨ, ਜਿਹੜੇ 6 ਟਾਈਮਸ ਰਿਫਿਊਜ਼ਲ ਹੈ. ਹਾਂਜੀ, ਉਹ ਸੰਧੂ ਫੈਮਿਲੀ ਸਰ. ਹਾਂਜੀ, ਸੰਧੂ ਫੈਮਿਲੀ 6 ਟਾਈਮਸ ਰਿਫਿਊਜ਼ਲ ਵਾਲੇ ਵੀ ਹੈ. ਮੇਰੇ ਕੋਲ ਆਪਣਾ ਪਰਸਨਲ ਇੱਕ ਹੋਰ ਕੇਸ ਹੈ ਜਿਹੜਾ 7 ਟਾਈਮਸ ਰਿਫਿਊਜ਼ਲ ਹੈ. ਸੋ ਮਤਲਬ ਕਿ ਮੈਨੂੰ ਤਾਂ ਲੱਗਦਾ ਕਿ ਮੇਰੇ ਕੋਲ ਫਰੈਸ਼ ਕੇਸ ਤੇ ਕੋਈ ਆਉਂਦਾ ਹੀ ਨਹੀਂ. ਐਚਡੀ ਵਿਲ ਗੋ ਓਨਲੀ ਜਦ ਇਹ ਰਿਫਿਊਜ਼ ਹੋਏਗਾ 2-3 ਵਾਰ ਤਾਂ ਹੀ ਜਾਏਗਾ, ਅਦਰਵਾਈਜ਼ ਯੂ ਨੋ ਵਾਈ ਬਾਦਰ. ਬਟ ਦੈਟਸ ਓਕੇ. ਹੇ, ਟੁਡੇ ਇਜ਼ ਯੋਰ ਡੇ, ਤੁਸੀਂ ਜਾ ਕੇ ਸੈਲੀਬ੍ਰੇਟ ਕਰੋ, ਤੁਸੀਂ ਜਾ ਕੇ ਆਪਣੀ ਖੁਸ਼ੀਆਂ ਮਨਾਓ. ਅੱਜ ਤੁਹਾਡਾ ਜਿਹੜਾ ਦਿਨ ਹੈ, ਫੈਸਟੀਵਲ ਦਿਨ ਹੈ ਅੱਜ, ਤੁਹਾਡੇ ਕੋਲ ਪਾਸਪੋਰਟ ਰਿਕੁਐਸਟ ਦਾ ਆ ਗਿਆ ਪਰਚਾ, ਉਹਨੂੰ ਜਾ ਕੇ ਹੁਣੇ ਜਾ ਕੇ ਪ੍ਰਿੰਟ ਕਰਾਓ, ਤਿਆਰ ਹੋ ਕੇ ਜਾਓ ਆਪਣੇ. ਮੇਰੇ ਖਿਆਲ 9 ਵਜ ਗਏ ਨਾ, ਮੇਰੇ ਖਿਆਲ ਟਾਈਮ 9 ਵਜ ਗਏ. ਜਾਓ ਤੁਸੀਂ VFS ਜਲੰਧਰ, ਜਾਓ ਅੱਜ ਹੀ ਜਮ੍ਹਾਂ ਕਰੋ. ਮੇਰੇ ਖਿਆਲ ਕਿ ਬਾਏ ਟਿਊਜ਼ਡੇ ਵੈਨਸਡੇ ਤੁਹਾਡੇ ਹੱਥ 'ਚ ਵੀਜ਼ਾ ਹੋਏਗਾ, ਉਹਦੇ ਬਾਅਦ ਫਿਰ ਤੁਸੀਂ 24th ਫਰਵਰੀ ਦੀ ਟਿਕਟ ਪਤਾ ਕਰੋ, ਐਂਡ ਦੈਨ ਮੂਵ ਫਾਰਵਰਡ. ਥੈਂਕ ਯੂ ਸੋ ਮਚ ਸਰ. ਲੁੱਕ ਐਟ ਦ ਸਮਾਈਲ. ਥੈਂਕ ਯੂ. ਓ ਵਾਏ. ਠੀਕ ਹੈ ਠੀਕ ਹੈ ਠੀਕ ਹੈ, ਚਲੋ. ਥੈਂਕ ਯੂ ਸੋ ਮਚ ਸੁਖਮਨ ਬਾਜੀ. ਥੈਂਕ ਯੂ ਸੋ ਮਚ ਸਰ. Thank you. Chalo, karo aram. Sare nu sat sri akal, and thank you very much. Thank you, sir ji. Thank you. Aur sir, itthe tusi ik message de do jehde is video nu vekh rahe honge ki 14 february nu kuch khaas hon wala shayad. Je ho gaya te zarur dassange. Oh yeah. I don't want to. 14 february, you know, 14 february. 14 february nu kuch khaas. Actually, that's right. Actually, ਮੈਂ ਤੇ ਸੁਖਮਨ ਤੇ ਹਰਵਿੰਦਰ ਭਾਜੀ ਜਿਹੜੇ ਲੁਧਿਆਣਾ ਵਾਸੀ, ਅੰਮ੍ਰਿਤਸਰ ਲੁਧਿਆਣਾ ਕਿ ਸੈਮੀਨਾਰ ਕਰਨ ਵਾਲੇ ਸੀ, ਲੇਕਿਨ ਕਿਉਂਕਿ ਇਹ ਕਰੋਨਾ ਵਾਇਰਸ ਕਰਕੇ, ਬਿਮਾਰੀ ਕਰਕੇ ਸਾਨੂੰ ਇਹ ਮੁਲਤਵੀ ਕਰਨਾ ਪਿਆ, ਪੋਸਟਪੋਨ ਕਰਨਾ ਪਿਆ ਪ੍ਰੋਗਰਾਮ. ਸੋ ਆਈ ਹੋਪ ਇਟ ਮੇ ਕਮ ਸੂਨ ਇਫ ਇਟਸ ਫਰੀ. ਬਟ ਮੇਰਾ ਬਹੁਤ ਮਨ ਸੀ ਆ ਕੇ ਮੈਂ ਲੋਕਾਂ ਨੂੰ ਮਿਲਾਂ, ਅਨਫੋਰਚੁਨੇਟਲੀ ਉਹ ਸਮਾਂ ਨਹੀਂ ਬਣ ਰਿਹਾ ਇਸ ਚੀਜ਼ ਦਾ, ਬਟ ਟਿਲ ਦ ਟਾਈਮ ਵੀ ਹੈਵ ਟੂ. ਹਾਂ, ਹੀ ਇਜ਼ ਰਾਈਟ, 13-14 ਫਰਵਰੀ ਨੂੰ ਇੱਕ ਖਾਸ ਇੱਕ ਚੀਜ਼ ਹੋਣ ਵਾਲੀ ਹੈ. ਸੋ ਆਈ ਐਮ ਆਲਸੋ ਐਂਟੀਸਪੇਟਿੰਗ ਕੀ ਹੋਏਗਾ, ਦੇਖਦੇ ਹਾਂ. ਉਹ ਬੜੇ ਬੜੇ ਇੱਕ ਬਹੁਤ ਸਾਰੇ ਲੋਕਾਂ ਨੂੰ ਇੱਕ ਰਾਹਤ ਮਿਲੂਗੀ ਉਹ ਵੇਖ ਕੇ ਕਿ ਇਸ ਤਰ੍ਹਾਂ ਵੀ ਹੋ ਸਕਦਾ. ਓ ਮਾਈ ਗੋਡ, ਯਾ, ਜਿਹੜੇ ਉਸ ਆਫੀਸਰ ਦੇ ਸਤਾਏ ਹੋਏ ਆ. ਚਲੋ, ਬਾਕੀ ਬਾਅਦ ਚ ਦੱਸਾਂਗੇ. ਹਾਂਜੀ ਹਾਂਜੀ ਹਾਂਜੀ. ਓ ਬਾਜੀ, ਯੂ ਡਿਡ ਸਮਥਿੰਗ ਅਗੇਨਸਟ ਸਰ. ਨਾ, ਦੈਟਸ ਓਕੇ, ਟੇਕ ਇਟ ਈਜ਼ੀ, ਟੇਕ ਇਟ ਓਕੇ, ਵੀ ਜਸਟ ਕੀਪ ਇਟ ਅੰਡਰ ਰੈਪਸ ਫॉर ਨਾਓ. So, thank you very much. Take care. Thank you, sir. Thank you, Sukumar Baji. Okay. Koi gal nahi. Bye-bye. Bye-bye. Bye.